ਪਰਿਉ ਕਾਲ ਸਭੈ ਜਗ ਉਪਰ ਮਹੇ ਲਿਖੇ ਬ੍ਰਹਮ ਗਿਆਨੀ ਕਹੋ ਕਬੀ ਕਹੋ ਕਬੀ ਜਨ ਪਏ ਕਾਲ ਸੇ ਪ੍ਰੇਮ ਭਗਤ ਜੈ ਜਾਨੀ ਪ੍ਰੇਮ ਭਗਤ ਤੈ ਜਾਨੀ ਖਾਲਸਾ ਮੇਰੋ ਰੂਪ ਹੈ ਖਾਸ
ਖਾਲਸਾ ਮੇਰੋ ਰੂਪ ਹੈ ਖਾਸ, ਜਿੱਥੇ ਰਹਿਣੀ ਚ ਖਾਲਸਾ ਹੈ ਇੱਥੇ ਉਹ ਰੂਪ ਵੀ ਖਾਸ ਬਣ ਗਿਆ। ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਭਾਈ ਲਹਿਣਾ ਜੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਕਿਉਂ ਬਣੇ, ਕਿਵੇਂ ਰੂਪ ਬਣ ਗਏ ਉਹਨਾਂ ਦੇ, ਸੰਗਤ ਕੀਤੀ। ਕਿਸੇ ਦੀ ਵੀ ਸੰਗਤ ਕਰੀਏ ਜੇ ਬੱਚਾ ਸਕੂਲ ਨਾ ਜਾਏ ਕੁਛ ਨਹੀਂ ਬਣ ਸਕਦਾ, ਜੇ ਅਸੀਂ ਮੱਝ ਨੂੰ ਪੱਠੇ ਨਾ ਪਾਈਏ ਤਾਂ ਸ਼ਾਮ ਨੂੰ ਦੁੱਧ ਨਹੀਂ ਮਿਲੇਗਾ, ਜੇ ਗੁਰੂ ਦੀ ਬਾਣੀ ਨਾ ਪੜ੍ਹੀਏ ਤਾਂ ਸਾਡੇ ਅੰਦਰ ਵੀ ਉਹ ਵਿਕਾਰ ਮਰਨੇ ਔਖੇ ਹਨ, ਨਾਮੁਮਕਿਨ ਹਨ। ਭਾਈ ਲਹਿਣਾ ਜੀ 8 ਸਾਲਾਂ 'ਚ, 8 ਸਾਲ ਕੋਈ ਜ਼ਿਆਦਾ ਸਮਾਂ ਨਹੀਂ ਹੈ, ਤਕਰੀਬ 8 ਸਾਲਾਂ 'ਚ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣ ਗਏ। ਗੁਰੂ ਨਾਨਕ ਦਾ ਰੂਪ ਖਾਲਸਾ ਮੇਰੋ ਰੂਪ ਹੈ ਖਾਸ, ਗੁਰੂ ਨਾਨਕ ਸਾਹਿਬ ਨੂੰ ਵੀ ਮੱਥਾ ਟੇਕਣਾ ਪਿਆ। ਗੁਰੂ ਨੇ ਫਰਕ ਰੱਖਿਆ ਹੀ ਨਹੀਂ, ਇਹ ਧਰਮ ਐਸਾ ਸ੍ਰੇਸ਼ਟ ਹੈ, ਇਸ ਤੋਂ ਪਹਿਲਾਂ ਗੁਰਗੱਦੀ ਅੱਗੇ ਦੇਣੀ, ਘਰ ਵਿੱਚ ਗੁਰਗੱਦੀ ਜਾਂਦੀ ਸੀ, ਰਾਜੇ ਡਿਸਾਈਡ ਕਰਦੇ ਸਨ, ਰਾਜੇ ਹੀ ਤੈਅ ਕਰਦੇ ਸਨ ਕੀ ਹੋਏਗਾ, ਪਰ ਇਹ ਇੱਕ ਐਸਾ ਧਰਮ ਹੈ ਜਿੱਥੇ ਪਰਿਵਾਰ ਨੂੰ ਨਹੀਂ ਸੰਸਾਰ ਨੂੰ ਮੁੱਖ ਰੱਖਿਆ ਗਿਆ, ਇਹ ਜਗਤ ਨੂੰ ਪਰਿਵਾਰ ਦੀ ਨਹੀਂ ਸੰਸਾਰ ਦੇ ਹਿੱਤ ਦੀ ਗੱਲ ਕੀਤੀ, ਨਹੀਂ ਤੇ ਗੱਦੀ ਪੁੱਤਰਾਂ ਨੂੰ ਮਿਲ ਸਕਦੀ ਸੀ। ਜਦੋਂ ਰਾਜਾ ਦਸ਼ਰਥ ਬਿਮਾਰ ਹੋ ਗਿਆ, ਪਤਾ ਲੱਗਿਆ ਕਿ ਮੇਰਾ ਪੁੱਤਰ ਬਨਵਾਸ ਨੂੰ ਜਾ ਰਿਹਾ, ਮਹਿਲਾਂ ਤੋਂ ਥੱਲੇ ਡਿੱਗ ਪਿਆ ਚੱਕਰ ਖਾ ਕੇ, ਇਹ ਬੜਾ। ਅਤੇ ਜਦੋਂ ਗੁਰੂ ਨਾਨਕ ਦੀ ਗੱਦੀ ਅੱਗੇ ਚਲੀ ਗਈ ਤਾਂ ਭਾਈ ਲਹਿਣਾ ਨੇ ਹੱਥ ਜੋੜ ਦਿੱਤੇ, ਅਜੇ ਹੱਥ ਜੋੜ ਹੀ ਰਹੇ ਸਨ ਕਿ ਪਾਤਸ਼ਾਹ ਮੈਂ ਇਸ ਲਾਇਕ ਨਹੀਂ ਹਨ, ਤਾਂ ਗੁਰੂ ਨਾਨਕ ਨੇ ਸਕਿੰਟ ਨਹੀਂ ਲਾਇਆ, ਉਹਨਾਂ ਪੈਰਾਂ 'ਤੇ ਆਪਣਾ ਸੀਸ ਰੱਖਤਾ, ਮੱਥਾ ਟੇਕਤਾ।
ਤਾਂ ਆਖਿਆ ਭਾਈ ਲਹਿਣਾ ਜੀ ਨੇ ਇਹ ਪੈਰ ਫਿੱਟ ਕੇ ਆਉਣੇ ਗਏ। ਇਹ ਸਭ ਦੇਖਣ ਤੋਂ ਸੁਣਨ ਤੋਂ ਪਹਿਲਾਂ ਇਹ ਇੱਕ ਐਸਾ ਨੁਰਾਲਾ ਪੰਥ ਹੈ, ਐਸਾ ਧਰਮ ਹੈ ਕਿ ਜਿਹਨੂੰ ਗੁਰੂ ਬਣਾਇਆ ਫਿਰ ਥੱਲੇ ਸੰਗਤ 'ਚ ਬੈਠ ਕੇ ਸਭ ਕੁਛ ਆਪਣਾ ਆਪ ਦੇਤਾ। ਅੱਗੇ ਗੁਰੂ ਅਮਰਦਾਸ ਜੀ ਨੂੰ ਇੱਕ ਐਸੀ ਮਿਸਾਲ ਹੈ, ਅੱਜ ਤੱਕ ਕੋਈ ਕਿਸੇ ਕੁੜਮ ਦੀ ਸੇਵਾ ਨਹੀਂ ਕਰਦਾ। ਆਪਾਂ ਇਕੱਠੇ ਬਹਿ ਕੇ ਸ਼ਰਾਬ 'ਤੇ ਪੀ ਸਕਦੇ ਹਾਂ, ਕੁੜਮ ਦੇ ਬਰਾਬਰ ਬਿਜ਼ਨਸ ਕਰ ਸਕਦੇ ਹਾਂ, ਦੱਸ ਸਕਦੇ ਹਾਂ ਮੇਰਾ ਇੰਨਾ ਹੈ, ਉਹ ਕਹੇਗਾ ਮੇਰਾ ਇੰਨਾ ਹੈ, ਪਰ ਇੱਕ ਕੁੜਮ ਦੂਸਰੇ ਕੁੜਮ ਦੇ ਪੈਰੀ ਨਹੀਂ ਪੈ ਸਕਦਾ। ਇਹ ਨਿਰਾਲਾ ਸਾਡੇ ਪੰਥ 'ਚ, ਸਾਡੇ ਧਰਮ 'ਚ, ਬਾਹਰ ਨਹੀਂ ਹੈ। ਅਤੇ ਉਸ ਤੋਂ ਅੱਗੇ ਆ ਜਾਓ, ਗੁਰੂ ਰਾਮਦਾਸ ਪਾਤਸ਼ਾਹ, ਕੋਈ ਪੜ੍ਹਾਈ ਨਹੀਂ ਹੈ ਸਕੂਲ ਦੀ, ਮਾਂ ਨਹੀਂ ਹੈ, ਪਿਤਾ ਨਹੀਂ ਹੈ, ਕੁਛ ਵੀ ਨਹੀਂ ਹੈ, ਸੰਸਾਰ 'ਚ ਕੋਈ ਨਹੀਂ ਲਾਗੇ ਲਾ ਰਿਹਾ। ਕੋਈ ਇੱਕ ਟੋਕਰੀ ਢੋਣ ਵਾਲੇ ਨੂੰ ਆਪਣੀ ਕੁੜੀ ਦੇ ਸਕਦਾ ਹੈ? ਇਹ ਗੁਰੂਆਂ ਦੀ ਖਾਸੀਅਤ ਹੈ, ਇਹ ਸਾਡੀ ਖਾਸੀਅਤ ਹੈ। ਇਹ ਧਰਮ ਕਿਉਂ ਸ੍ਰੇਸ਼ਟ ਹੈ? ਉਸ ਨੂੰ ਬਿਠਾਇਆ ਅਤੇ ਫਿਰ ਗੁਰੂ ਰਾਮਦਾਸ ਸਰੋਵਰ ਨਹਾਤੇ, ਐਸਾ ਸਥਾਨ ਬਣਾਇਆ, ਅੱਜ ਸਾਰੇ ਉੱਥੇ ਜਾ ਕੇ ਨਹਾ ਕੇ ਆਪਣੇ ਪਾਪ ਲਾ ਕੇ ਆਉਂਦੇ। ਸਭ ਉਤਰੇ ਪਾਪ ਕਮ, ਜਿਹੜਾ ਨਹਾਉਂਦਾ ਜੋ ਨਾ ਆਵੇ ਸੋ ਕੁੱਲ ਤਰ ਆਵੇ, ਉਦਾਰ ਹੋ ਹੈ ਜੀ ਕਾ। ਇਹ ਸਾਡਾ ਪੰਥ ਹੈ। ਅਤੇ ਅੱਗੇ ਚੱਲੀ ਸੋ ਪੀੜ੍ਹੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰ। ਇਹ ਸਾਡੀ ਜੋਤ ਨਰਾਲੀ ਹੈ। ਇੱਕ ਇੱਕ ਪੌੜੀ, ਇੱਕ ਕਦਮ ਨੂੰ ਛਾਣਬੀਣ ਕਰਕੇ ਵੇਖੋ ਸਾਨੂੰ ਕੀ ਮਿਲਿਆ ਹੈ, ਅਸੀਂ ਕਿਉਂ ਖਾਸ, ਅਸੀਂ ਕਿਉਂ ਗੁਰੂ ਵਾਲੇ ਬਣਨਾ ਹੈ। ਦੂਸਰਿਆਂ ਧਰਮਾਂ 'ਚ ਇਹ ਗੱਲ ਨਹੀਂ ਹੈ, ਬੁਰੇ ਨਹੀਂ ਹਨ, ਬੁਰੇ ਨਹੀਂ ਹਨ, ਕੁਛ ਗਲਤ ਨਹੀਂ ਹੈ, ਪਰ ਵਿਚਾਰ ਕਰਨੀ ਜ਼ਰੂਰੀ। ਸਿੱਖ ਕਿਉਂ ਸ੍ਰੇਸ਼ਟ ਹੈ, ਸ੍ਰੇਸ਼ਟ ਕਿਉਂ ਹੈ? ਆਓ ਅੱਗੇ ਮਹਾਰਾਜ ਕੀ ਕਹਿੰਦੇ ਨੇ। ਜਬ ਲਗ ਖਾਲਸਾ ਰਹੇ ਨਿਆਰਾ, ਜਬ ਲਗ ਖਾਲਸਾ ਰਹੇ ਨਿਆਰਾ, ਕਬ ਲਗ ਤੇਜ ਦਿਓ ਮੈਂ ਸਾਰਾ, ਕਬ ਲਗ ਤੇਜ ਦਿਓ ਮੈਂ ਸਾਰਾ, ਜਬ ਕਾਲਸਾ
ਕਹਿੰਦੇ ਨੇ ਜਬ ਇਹ ਗਾਹੇ ਵਿਪਰਨ ਕੀ ਰੀਤ, ਜਬ ਲਗ ਖਾਲਸ, ਜਦੋਂ ਤੱਕ ਤਾਂ ਮੇਰੀ ਗੋਦ 'ਚ ਇਹ ਬੈਠਾ ਹੈ, ਮੇਰਾ ਪੁੱਤਰ ਹੈ ਅਤੇ ਮੈਂ ਇਹਦਾ ਪਿਤਾ ਹਾਂ, ਪਰ ਜਦੋਂ ਮੇਰੀ ਕਹਿਣੀ ਬਹਿਣੀ ਰਹਿਣੀ ਸਹਿਣੀ 'ਚ ਹੀ ਨਹੀਂ ਹੈ, ਤੇਰਾ ਮੇਰਾ ਕੋਈ ਨਾਤਾ ਨਹੀਂ, ਅਸੀਂ ਉਦੋਂ ਤੱਕ ਹੀ ਨਿਆਰੇ ਹਾਂ ਜਦ ਤੱਕ ਗੁਰੂ ਵਾਲੇ ਹਾਂ, ਬਾਣੀ ਦੇ ਧਾਰਨੀ ਹਾਂ, ਬਾਣਾ ਅਤੇ ਬਾਣੀ, ਜਦ ਅਸੀਂ ਇਹਦੇ ਧਾਰਨੀ ਨਹੀਂ, ਰਹਿਤ ਹੀ ਨਹੀਂ ਸਾਡੇ ਕੋਲ ਹੈ, ਸਾਡਾ ਕੋਈ ਟੀਚਾ ਹੀ ਨਹੀਂ ਹੈ, ਅਨੁਸ਼ਾਸਨ ਹੀ ਨਹੀਂ ਹੈ, ਜਬ ਇਹ ਗਾਹੇ ਵਿਪਰਨ ਕੀ ਰੀਤ, ਵਿਪਰਨ ਤੋਂ ਭਾਵ ਹੈ ਕਿ ਇੱਕ ਕਦਮ ਹੋਰ ਪਾਸੇ ਰੱਖਿਆ, ਇੱਕ ਅੱਧ ਰੱਖਿਆ, ਮੰਦਰਾਂ 'ਤੇ ਵੀ ਜਾਂਦਾ, ਸਾਧਾਂ ਕੋਲ ਵੀ ਜਾਂਦਾ, ਕਬਰਾਂ 'ਤੇ ਵੀ ਧਾਗਾ ਤਵੀਤ ਵੀ ਬੰਨੀ ਫਿਰਦਾ, ਪਾਠ ਵੀ ਪੜੀ ਜਾਂਦਾ, ਮੰਤਰ ਵੀ ਕਰੀ ਜਾਂਦਾ। ਤੁਸੀਂ ਸਿਆਣੇ ਹੋ, ਆਪ ਸਾਰੇ ਸਮਝਦਾਰ ਬੈਠੇ ਹੋ, ਆਪਾਂ ਵਿਚਾਰ ਕਰੀਏ, ਇੱਕ ਪੀਰੀਅਡ 'ਚ ਇੱਕ ਹੀ ਕਲਾਸ ਲਓ, ਇੱਕ ਹੀ ਹੁੰਦਾ ਸਬਜੈਕਟ, ਜੇ ਇੱਕੋ ਪੀਰੀਅਡ 'ਚ ਅਸੀਂ ਪੰਜ ਕਿਤਾਬਾਂ ਲੈ ਕੇ ਬੈਠ ਜਾਈਏ, ਇੱਕ ਹੀ ਕਲਾਸ ਨੂੰ ਪੰਜ ਟੀਚਰ ਸਮਝਾਉਣ ਲੱਗ ਜਾਣ, ਪੰਜ ਜਣੇ ਆ ਕੇ ਬੋਲਣਾ ਸ਼ੁਰੂ ਕਰ ਦੇਣ, ਤੁਸੀਂ ਸਿਆਣੇ ਹੋ, ਤੁਹਾਨੂੰ ਸਮਝ ਆਏਗੀ। ਪਰ ਜੇ ਤੁਸੀਂ ਇੱਕ ਦੀ ਸੁਣੋਗੇ, ਵਿਚਾਰ ਕਰੋ ਕਿ ਇੱਕ ਨੂੰ, ਫਿਰ ਦੂਸਰੇ ਨੂੰ ਕਰੋ, ਫਿਰ ਤੀਸਰੇ ਨੂੰ ਕਰ ਲਓ, ਤੁਹਾਡਾ ਮਨ ਬਣਦਾ, ਵਿਚਾਰ ਕਰੋ ਕਿਸ ਨੂੰ ਮੰਨਣਾ ਹੈ। ਜਬ ਇਹ ਗਾਹੇ ਵਿਪਰਨ ਕੀ ਰੀਤ, ਮੈਂ ਨਾ ਕਰੋ ਇਹਨੇ ਕੀ ਪੜਦੀ। ਫਿਰ ਅਸੀਂ ਚਾਹੇ ਸਹੀਏ, ਅਸੀਂ ਤਾਂ ਦੋ ਦਿਨ ਹੀ ਗਏ ਸੀ, ਅਸੀਂ ਤਾਂ ਥੋੜ੍ਹਾ ਜਿਹਾ ਹੀ ਗਏ ਹਾਂ, ਤੁਸੀਂ ਪੀਰੀਅਡ ਮਿਸ ਕਰ ਦਿੱਤਾ, ਤੁਹਾਡੀ ਗੈਰ ਹਾਜ਼ਰੀ ਸਕੂਲ 'ਚ ਲੱਗ ਗਈ, ਤੁਸੀਂ ਗੁਰੂ ਦੇ ਧਾਰ ਨਹੀਂ ਬਣਨਾ, ਅਨੁਸ਼ਾਸਨਹੀਨ ਨਹੀਂ ਬਣਨਾ, ਅਨੁਸ਼ਾਸਨ ਵਾਲੇ ਬਣਨਾ ਹੈ। ਅੱਗੇ ਕੀ ਕਹਿੰਦੇ ਨੇ, ਖਾਲਸਾ ਕੀ ਹੈ, ਖਾਲਸ ਕੇ ਪ੍ਰਸਾਦ ਕਰ, ਸੁਤ ਬਿਤ ਕੋਸ ਭੰਡਾਰ, ਸੁਤ ਬਿਤ ਕੋਸ ਭੰਡਾਰ, ਰਾਜ ਮਾਲ ਸਾਧਨ ਸਕਲ, ਪੁੱਤਰ ਕਲਤ ਵਿਵਹਾਰ, ਪੁੱਤਰ ਕਲਤ ਵਿਵਹਾਰ, ਦਰਸ਼ਨ ਪਰਸਨ ਖਾਲਸਾ, ਮੁਕਤ ਰੂਪ ਸਤ ਜਾਨ, ਮੁਕਤ ਰੂਪ ਸਤ ਜਾਨ, ਦਰਸ਼ਨ ਖਾਲਸੇ ਦੇ ਦਰਸ਼ਨ ਪ੍ਰਸੰਨ ਕਰ ਕਰਕੇ, ਜਿਵੇਂ ਗੁਰਬਾਣੀ 'ਚ ਪਾਤਸ਼ਾਹ ਨੇ ਲਿਖਿਆ, ਆਪਾਂ ਰੋਜ਼ ਹੀ ਪੜ੍ਹਦੇ ਹਾਂ ਤਾਬਿਆ ਦੇ ਬਿਆ, ਦਰਸ਼ਨ ਪਰਸੀਆ ਗੁਰੂ ਕੈ, ਬੜੇ ਪਿਆਰ ਨਾਲ ਸਵੇਰੇ ਅੰਮ੍ਰਿਤ ਵੇਲੇ ਹਰ ਭਾਈ ਹਰ ਜਗ੍ਹਾ ਪੜਿਆ ਜਾਂਦਾ, ਜਿੱਥੇ ਜਿੱਥੇ ਮਹਾਰਾਜ ਦਾ ਪ੍ਰਗਟ, ਦਰਸ਼ਨ ਪਰਸੀਆ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਅਤੇ ਖਾਲਸਾ ਜਿਹੜਾ ਹੈ ਗੁਰਸਿੱਖ ਹੈ,
ਗੁਰੂ ਦਾ ਰੂਪ ਹੈ, ਉਹਦੇ ਦਰਸ਼ਨ ਕਰਕੇ, ਉਹਦੀ ਸੰਗਤ ਕਰਕੇ ਸਾਡਾ ਜਨਮ ਅਤੇ ਮਰਨ ਕੱਟਿਆ ਜਾਏ, ਉਹਦੀ ਸੰਗਤ ਕਰਕੇ। ਖਾਲਸਾ ਐਸਾ ਹੋਣਾ ਚਾਹੀਦਾ, ਇਹ ਖਾਲਸੇ ਦੀ ਨਿਸ਼ਾਨੀਆਂ ਨੇ। ਜਜਨ ਭਜਨ ਮਮ ਖਾਲਸਾ, ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟ ਸੋਗ, ਦਰਸ ਪਰਸ ਮਿਟ ਸੋਗ, ਦਰਸ ਪਰਸ ਮਿਟ ਸੋਗ, ਦਰਸ ਪਰਸ ਮਿਟ ਸੋਗ, ਖਾਲਸਾ ਪ੍ਰਗਟ ਦਿਵਸ ਦਾ ਮਤਲਬ ਹੈ ਪ੍ਰਗਟਿਓ, ਅਕਾਲ ਪੁਰਖ ਦੀ ਬਾਣੀ ਪ੍ਰਗਟ ਹੋਈ ਹੈ, ਜੁਗਾਂ ਜੁਗਾਂ ਤੋਂ ਹੈ। ਖਾਲਸਾ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ, ਕਿਸੇ ਦਾ ਥਾਪਿਆ ਹੋਇਆ ਨਹੀਂ ਹੈ, ਜ਼ਮੀਨ ਜਾਇਦਾਦ ਨਹੀਂ ਹੈ ਕਿਸੇ ਦੀ, ਵੈਸੇ ਤਾਂ ਇਹ ਵੀ ਨਹੀਂ ਹੈ ਕਿਸੇ ਦੀ, ਪਰ ਅਸੀਂ ਮੰਨ ਲੈਂਦੇ ਹਾਂ। ਖਾਲਸਾ ਪ੍ਰਗਟ, ਸਿੱਖ ਪੈਦਾਇਸ਼ੀ ਨਹੀਂ ਹੈ, ਜਿੱਦਾਂ ਮੈਂ ਕਿਹਾ ਪਹਿਲਾਂ, ਸਿੱਖ ਪ੍ਰਗਟ ਹੁੰਦਾ, ਖਾਲਸਾ ਪ੍ਰਗਟ ਹੈ। ਸਾਡਾ ਪ੍ਰਗਟ ਦਿਵਸ ਹੈ ਜਿਹੜਾ ਅਸੀਂ 13 ਤਰੀਕ ਨੂੰ ਮਨਾਉਣਾ ਹੈ, ਵਿਸਾਖੀ ਦਾ ਦਿਹਾੜਾ। ਇਸ ਦਿਹਾੜੇ ਨੂੰ ਸਾਨੂੰ ਗੁਰੂ ਨੇ ਪ੍ਰਗਟ ਕੀਤਾ ਸੀ। ਜੇ ਚੰਗੇ ਮਾਂ ਬਾਪ ਆਪਣੇ ਪੁੱਤਰ ਨੂੰ ਚੰਗੀ ਸਿੱਖਿਆ ਦੇ ਕੇ ਕੋਈ ਇੰਜੀਨੀਅਰ, ਡਾਕਟਰ, ਪਾਇਲਟ ਕੁਛ ਬਣਾ ਦੇਣ ਨਾ, ਤਾਂ ਫਿਰ ਕਹਿੰਦੇ ਨੇ ਸੰਗਤ ਕੀਤੀ ਹੈ ਇਹਨੇ ਆਪਣੇ ਮਾਤਾ ਪਿਤਾ ਦੀ। ਇਹਦਾ ਪਿਤਾ ਚੰਗਾ ਸੀ ਅਤੇ ਪੁੱਤਰ ਵੀ ਚੰਗਾ, ਅਸੀਂ ਵੀ ਆਪਣੇ ਪਿਤਾ ਦੀ ਸੰਗਤ, ਆਪਣੇ ਪਿਤਾ ਦੀ ਸੰਗਤ ਕਰੀਏ। ਬਾਣੀ, ਬਾਣੀ ਦੀ ਵਿਚਾਰ ਕਰਕੇ, ਬਾਣੀ ਦੀ ਵਿਚਾਰ ਤੋਂ ਬਿਨਾਂ ਕੁਛ ਨਹੀਂ ਮਿਲਣਾ। ਪੜ੍ਹਿਆ ਬੇਸ਼ੱਕ, ਕਿਉਂਕਿ ਜਿੱਤਾ ਪੜ੍ਹਿਆ ਤੀਤਾ ਕੜਿਆ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਇਹ ਸੰਸਾਰੀ ਲੋਕਾਂ ਦਾ ਕੰਮ ਹੈ। ਅੰਦਰ ਤ੍ਰਿਸ਼ਨ ਵਿਕਾਰ, ਇਹ ਮਰੇ ਨਹੀਂ ਕਿਉਂਕਿ ਪੜ੍ਹਿਆ ਵਿਚਾਰਿਆ ਨਹੀਂ। ਫਿਰ ਅੱਗੇ ਲਿਖਦੇ ਨੇ, ਹਉਮੈ ਵਿੱਚ ਸਭ ਪੜ੍ਹ ਸਕੇ, ਦੂਜੇ ਪਾਏ ਖੁਆ, ਸੋ ਪੜ੍ਹਿਆ ਸੋ ਪੰਡਿਤ ਬਿਨਾ, ਗੁਰ ਸ਼ਬਦ ਕਰੇ ਵਿਚਾਰ, ਅੰਦਰ ਖੋਜੇ ਤਤ ਲਹੇ, ਪਾਏ ਮੋਖ ਦੁਆਰ, ਗੁਣ ਨਿਦਾਨ ਖਜ਼ਾਨਾ ਮਿਲ ਗਿਆ।
ਹਰ ਪਾਇਆ ਸਹਿਜ ਕਰੇ ਵਿਚਾਰ। ਧਨ ਵਪਾਰੀ ਨਾਨਕਾ, ਐਸਾ ਮਨੁੱਖ ਤਨ ਹੈ ਵਪਾਰ ਕਰਦਾ ਪਿਆ ਜਿਹੜਾ, ਜਿਸ ਗੁਰਮੁਖ ਨਾਮ ਆਧਾਰ। ਅੰਦਰ ਖੋਜੇ ਆਪਣੇ ਆਪ 'ਚ, ਇਸ ਕਰਕੇ ਪੜ੍ਹਨਾ ਆਪੇ ਹੀ ਪੜ੍ਹਨਾ ਆ ਜਾਏਗਾ ਜਦੋਂ ਖੋਜਣਾ ਸ਼ੁਰੂ ਕਰਾਂਗੇ, ਵਿਚਾਰਨਾ ਸ਼ੁਰੂ ਕਰਾਂਗੇ। ਖਾਲਸੇ ਦੀ ਕਲਾਸ ਲਾ ਲਈਏ, ਪੈਰ ਰੱਖ ਲਈਏ, ਚੱਲਣਾ ਆਪੇ ਹੀ ਆ ਜਾਏਗਾ। ਚੱਲ ਪਏ ਹਾਂ, ਦੌੜਨਾ ਆਪੇ ਹੀ ਆ ਜਾਏਗਾ। ਪਰ ਸਿਧਾਂਤ ਜੋ ਹੈ, ਜੋ ਮੂਲ ਹੈ, ਭੁੱਲਣਾ ਨਹੀਂ, ਮੂਲ ਸਾਡਾ। ਆਓ ਅੱਗੇ ਕੀ ਮਹਾਰਾਜ ਕਹਿੰਦੇ ਨੇ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਜੀਵਨ ਕੀ ਛੱਡ ਆਸ। ਇਹ ਖਾਲਸੇ ਦੀ ਪਹਿਚਾਣ ਹੈ, ਇਹ ਖਾਲਸੇ ਦੀ ਤਹਿਜੀਦ ਹੈ। ਪਹਿਲਾਂ ਮਰਨ ਕਬੂਲ ਕਰ, ਮਾਰਨ ਵਾਸਤੇ ਨਹੀਂ, ਮਰਨ ਵਾਸਤੇ। ਮਾਰਨਾ ਅਤੇ ਪੋਲੀਟਿਸ਼ਨਾਂ ਦਾ ਕੰਮ ਹੈ, ਲੜਾਉਣਾ। ਖਾਲਸਾ ਪਹਿਲਾਂ ਆਪਣੇ ਵਾਸਤੇ ਮਰਦਾ ਹੈ। ਆਪਣੇ ਆਪ ਨੂੰ ਮਾਰੀਏ, ਮਨ ਮਾਰੇ ਤਾਂ ਮਾਰੇ ਜਾਏ, ਮਨ ਮਰ ਗਿਆ ਤਾਂ ਤਾਂਤ ਮਾਰੀ ਗਈ। ਅਤੇ ਸਾਡਾ ਮਨ ਹੀ ਨਹੀਂ ਮਰਿਆ ਤਾਂ ਅਸੀਂ ਬਾਣੀ ਕੀ ਪੜ੍ਹਾਂਗੇ, ਵਿਚਾਰ ਕੀ ਕਰਾਂਗੇ, ਖਾਲਸਾ ਕੀ ਬਣਾਂਗੇ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣਕਾ, ਖਾਲਸਾ ਮਿੱਟੀ ਹੈ। ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਜੋ ਤੋਂ ਪ੍ਰੇਮ ਖੇਲਣ ਕਾ ਚਾਓ। ਸਿਰ ਤਰ ਤਲੀ ਗਲੀ ਕਹਿੰਦੇ ਨੇ, ਜੋ ਜੇ ਤੈਨੂੰ ਮਿਲਣ ਦਾ ਚਾਅ ਹੈ, ਪ੍ਰੇਮ ਖੇਲਣ ਕਾ ਚਾਓ, ਇੱਥੇ ਕਹਿੰਦੇ ਨੇ ਪ੍ਰੇਮ। ਜਿਨ੍ਹਾਂ ਨੇ ਪ੍ਰੇਮ ਕੀਤਾ ਇੱਕ ਛਿਣ, ਜਿਨ੍ਹਾਂ ਨੇ ਇੱਕ ਛਿਣ ਵੀ ਪ੍ਰੇਮ ਕੀਤਾ, ਇੱਕ ਚਿੱਤ ਜੈ ਇੱਕ ਛਿਣ ਤਿਆਇਓ, ਕਾਲ ਫਾਂਸ ਕੇ ਵੀ ਚਨਾ। ਉਹ ਪ੍ਰੇਮ ਜਿਹੜਾ ਅਸੀਂ ਗੁਰੂ ਨੂੰ ਕਰਨਾ ਹੈ,
ਕਿਸੇ ਮਨੁੱਖ ਦੀ ਨਹੀਂ ਗੱਲ ਹੋ ਰਹੀ ਇੱਥੇ, ਕਿਸੇ ਸਾਧ ਦੀ ਗੱਲ ਨਹੀਂ ਹੋ ਰਹੀ, ਕਿਸੇ ਚੋਲੇ ਵਾਲੇ ਦੀ, ਕਿਸੇ ਡੇਰੇ ਵਾਲੇ ਦੀ। ਇੱਥੇ ਬਾਣੀ ਦੇ ਸ਼ਬਦ ਦੀ ਵਿਚਾਰ, ਇੱਕਾ ਬਾਣੀ ਇੱਕ ਗੁਰ, ਕੱਲ੍ਹ ਵੀ ਦੱਸਿਆ ਸੀ। ਬਾਣੀ ਕਹਿੰਦੀ ਸ਼ਬਦੇ ਹੀ ਨਾ ਉਪਜੈ, ਸ਼ਬਦੇ ਮੇਲ ਮਿਲਾਇਆ। ਕੋਈ ਸਾਧੂ ਨਹੀਂ ਮਿਲਾਏਗਾ, ਖੁਦ ਆਪ ਬਿਨ ਸ਼ਬਦ ਹੈ ਸਭ ਜਗ ਬਾਹ ਰਾਨਾ, ਉਮਰਿਆ ਪਾਗਲਾਂ ਦੀ ਤਰ੍ਹਾਂ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਪੌਲ ਸ਼ਕੀ ਅਤੇ ਅੰਮ੍ਰਿਤ ਅੰਦਰ ਹੈ, ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਉਹ ਗੁਰਮੁਖ ਬਣ ਗਿਆ, ਪਰ ਸ਼ਬਦੇ ਹੀ ਨਾ ਉਪਜੈ। ਪਰ ਸਟਾਰਟਿੰਗ ਵਿੱਚ ਜਿਹੜਾ ਹੁਕਮਨਾਮਾ ਤੀਸਰੇ ਪਾਤਸ਼ਾਹ ਦਾ ਆਉਂਦਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਭਰਿਆ ਪਿਆ ਨੱਕੋ ਨੱਕ ਹਰ ਮਨੁੱਖ ਦੇ ਅੰਦਰ, ਪਰ ਮਨਮੁੱਖਾਂ ਸਾਧ ਨਾ ਪਾਇਆ। ਜੂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭਰਮ ਵਿੱਚ ਬੈਠੇ ਹੋਏ ਹਾਂ ਅਸੀਂ ਕਿ ਅਸੀਂ ਗੁਰੂ ਵਾਲੇ ਹਾਂ। ਭਰਮ ਭੇਖ 'ਤੇ ਰਹੇ ਨਿਆਰਾ, ਪਾਤਸ਼ਾਹ ਨੇ ਸਾਨੂੰ ਹਦਾਇਤ ਦਿੱਤੀ ਹੈ, ਤੂੰ ਇਹ ਭਰਮ ਤੋਂ ਬਾਹਰ ਆ ਜਾ। ਆਓ ਅੱਗੇ ਕੀ ਕਹਿੰਦੇ ਨੇ, ਸੂਰਾ ਸੋ ਪਹਿਚਾਨੀਏ ਸੂਰਾ। ਸੂਰਾ ਕੌਣ ਹੈ? ਸੂਰਾ ਉਹ ਹੈ ਜਿਹਨੇ ਆਪਣੇ ਆਪ ਨੂੰ ਮਾਰਿਆ ਹੈ, ਆਪਣੇ ਆਪ ਨੂੰ, ਦੂਜਿਆਂ ਨੂੰ ਨਹੀਂ। ਸੂਰਾ ਰਕਸ਼ਾ ਕਰਦਾ, ਸੂਰਾ ਫਸਾਦ ਨਹੀਂ ਪਾਉਂਦਾ, ਲੜਾਈ ਨਹੀਂ ਕਰਦਾ, ਦੁਬਿਧਾ ਦੀ ਗੱਲ ਨਹੀਂ ਕਰਦਾ। ਸੂਰਾ ਉਹ ਹੈ ਜਿਹੜਾ ਆਪ ਵੀ ਬਚਦਾ ਹੈ ਅਤੇ ਦੂਸਰੇ ਨੂੰ ਵੀ ਬਚਾਉਂਦਾ ਹੈ। ਸੂਰਾ ਸੋ ਪਹਿਚਾਨੀਏ ਜੋ ਲੜਾ ਦੀਨ, ਦੀਨ ਹੈ ਸਾਡਾ ਹਿਰਦਾ, ਦੀਨ ਬਾਹਰ ਨਹੀਂ ਹੈ ਕਿਤੇ ਹਵਾ 'ਚ, ਧਰਮ ਹਵਾ 'ਚ ਨਹੀਂ ਹੈ, ਧਰਮ ਸਾਡੇ ਅੰਦਰ ਹੈ। ਲੜੇ ਦੀਨ ਕੇ ਹੇਤ, ਅਤੇ ਫਿਰ ਪੁਰਜਾ, ਹੁਣ ਪੁਰਜਾ ਕਿਤੇ ਨਾ ਕੱਟੋਗੇ, ਕਿਸ ਨਾਲ ਲੜੋਗੇ, ਅਤੇ ਪੁਰਜਾ ਪੁਰਜਾ ਹੋ ਜਾਓ ਆਪਣੇ ਆਪ ਨਾਲ, ਇਹਨਾਂ ਨੂੰ, ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਾਵੈ ਦੱਜੈ ਨਾਨਕਾ ਤਰੀਏ ਚਰਨੀ ਲਗ। ਇਹਨਾਂ ਤੋਂ ਪੁਰਜਾ ਪੁਰਜਾ ਇਹਨਾਂ ਨੂੰ ਕੱਟਣਾ, ਕੱਟ ਮਰੇ ਖੇਤ ਹੋਵੇ ਅਤੇ ਇੱਕ ਜਗ੍ਹਾ ਹੋਵੇ, ਇੱਕ ਜਗ੍ਹਾ 'ਤੇ ਜਾ ਕੇ ਮਰ ਮਿਟੀਏ। ਇੱਥੇ ਤਾਂ ਇਸ ਖੇਤ ਦੀ ਗੱਲ ਹੋ ਰਹੀ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਹ ਭਾਂਡਾ ਅਸੀਂ ਵਿਚਾਰ ਕਰਨੀ ਹੈ। ਅੱਗੇ ਪਾਤਸ਼ਾਹ ਕੀ ਕਹਿੰਦੇ ਨੇ, ਗਗਨ ਦਮਾ ਮਾ ਬਾਜਿਓ, ਗਗਨ ਦਮਾ ਮਾ ਬਾਜਿਓ, ਪਰਿਓ ਨਿਸ਼ਾਨੇ
ਪਾਵਰ ਮੋਹੇ ਹੈ। ਸ਼ੁਭ ਕਰ ਮਨ ਤੇ ਕਬਹੂ ਨਾ ਡਰੋ, ਸ਼ੁਭ ਕਰ ਮਨ ਤੇ ਕਬਹੂ ਨਾ ਡਰੋ, ਨਾ ਡਰੋ ਯਾਰ ਸੋ ਜਬ ਜਾਏ ਲਰੋ, ਸਿੱਖ ਹੋ ਆਪਣੇ ਹੀ ਮਨ ਕੋ। ਫਿਰ ਪੜੋ, ਹਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋਂ ਚਰੋ, ਜਪ ਆਵ ਕਿਆਦ ਗੁਰੂ। ਪਿਆਰੀ ਸਾਧ ਸੰਗਤ ਜੀ, ਗੁਰੂ ਦੀ ਦਿਆਲਤਾ ਅਸੀਂ ਲੈਣੀ ਹੈ, ਗੁਰੂ ਕੋਲੋਂ ਮੰਗਣੀ ਹੈ। ਕੱਲ੍ਹ ਦੱਸਿਆ ਸੀ, ਜਾਚਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਲ, ਇਹ ਮੰਗਣਾ ਹੈ। ਨਾਨਕ ਪਰਮੇਸ਼ਰ ਜਜਮਾਨ ਤਿਸੇ ਭੁੱਖ ਨਾ, ਜਾਚਕ ਮੰਗੇ ਦਾਨ ਦੇ ਪਿਆਰਿਆ, ਦੇਵਨ ਹਾਰ ਦਤਾਰ ਮੈਂ ਨਿਤ ਚਤਾਰਿਆ, ਨਿਖਟ
ਨਾ ਜਾਏ ਮੂਲ ਅਤੁਲ ਭੰਡਾਰਿਆ ਨਾਨਕ ਸ਼ਬਦ ਅਪਾਰ ਜਿਨ ਸਭ ਕੁਛ ਸਾਰਿਆ। ਅਪਾਰ ਰਹਿਮਤ ਉਸ ਦਾਤੇ ਦੀ ਹੈ, ਕਲਗੀਆਂ ਵਾਲੇ ਦੀ ਹੈ, ਜਿਨ੍ਹਾਂ ਨੇ ਆਪਣਾ ਪੰਥ ਸਭ ਕੁਛ ਵਾਰ ਕੇ ਮਾਤਾ ਪਿਤਾ ਕੁਛ ਵੀ ਨਹੀਂ ਰੱਖਿਆ ਸਾਨੂੰ ਵਿਰਾਸਤ ਵਿੱਚ। ਵਿਰਾਸਤ ਦਾ ਮਤਲਬ ਹੈ ਤੁਹਾਨੂੰ ਪਿੱਛੋਂ ਮਿਲਿਆ, ਤੁਸੀਂ ਮੁੱਲ ਨਹੀਂ ਲਿਆ, ਫਰੀ 'ਚ ਮਿਲਿਆ। ਪਰ ਜਿਹੜੀ ਫਰੀ 'ਚ ਚੀਜ਼ ਮਿਲੀ ਅਸੀਂ ਉਹਦੀ ਕਦਰ ਨਾ ਪਾਈ। ਜਬ ਲੱਗ ਖਾਲਸਾ ਰਹੇ ਨਿਆਰਾ, ਕਹਿੰਦੇ ਤਦ ਤੱਕ ਮੈਂ ਤੇਰੇ ਪਿੱਛੇ ਹਾਂ, ਤੇਰੇ ਨਾਲ ਹਾਂ, ਜਦ ਤੱਕ ਤੂੰ ਮੇਰੀ ਕਦਰ ਕਰਦਾ ਹੈ, ਮੇਰਾ ਪੁੱਤਰ ਬਣ ਕੇ ਰਹਿੰਦਾ। ਇਸ ਕਰਕੇ ਅਸੀਂ ਗੁਰੂ ਦੀ ਪਹੁਲ ਛਕੀਏ ਅਤੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਥ ਨਾ ਪਾਇਆ ਉਹਨੂੰ ਲੱਭੀਏ। ਮਨਮੁੱਖ ਨਾ ਬਣੀਏ, ਗੁਰਮੁਖ ਬਣੀਏ। ਗੁਰਮੁਖ ਜਿਹੜਾ ਹੁੰਦਾ, ਜੇ ਕਿਸੇ ਨਾਲ ਪੈਦਲ ਚੱਲਦੇ ਜਾਈਏ ਨਾ ਅਤੇ ਜੇ ਮਨਮੁੱਖ ਮਿਲ ਜੇ ਕਹਿੰਦੇ ਸਾਰਾ ਦਿਨ ਹੀ ਖਰਾਬ ਹੈ ਗਿਆ, ਅਤੇ ਜੇ ਗੁਰਮੁਖ ਮਿਲ ਜਾਏ ਤਾਂ ਕਹਿੰਦੇ ਯਾਰ ਬੜਾ ਸੋਹਣਾ ਦਿਨ ਲੰਘਿਆ ਅੱਜ, ਬਹੁਤ ਵਧੀਆ। ਅਸੀਂ ਸੰਗਤ ਕਰੀਏ ਸਾਧ ਕੀ ਅੰਤ ਕਰੇ ਨੇਰੇ ਬਾਹਰ। ਅਸੀਂ ਇਹ ਨਹੀਂ ਕਹਿਣਾ ਕਿ ਟਾਲੇ ਟੋਲੇ ਦਿਨ ਗਿਆ ਵਿਆਜ ਬੜਨ ਤੋਂ ਜਾਏ। ਅਸੀਂ ਆਪਣਾ ਦਿਨ ਦਾ ਵਿਆਜ ਵਧਾਉਣਾ ਨਹੀਂ ਹੈ। ਨਾ ਹਰ ਭਜਿਓ ਨਾ ਭਜਿਓ ਤਾਂ ਮਤਲਬ ਸੰਗਤ, ਨਾ ਖਤ ਪਟਿਓ ਕਾਲ ਪਹੁੰਚੋ ਆਇਆ। ਮਾਣ ਵੀ ਛੱਡਣਾ, ਮਾਇਆ ਤਜੀ ਤੋਂ ਕਿਆ ਬਇਆ ਜੋ ਮਾਣ ਤਜਿਆ ਨਾ ਜਾਏ। ਮਾਨ ਮੁਨਵਿਰ ਮਾਣ ਮੁਨੀ ਮੁਨਵਰ ਗਲੇ ਮਾਣ ਸਭੇ ਕੋ ਖਾਏ। ਛੱਡਣਾ ਸਭ ਕੁਛ, ਤਿਆਗ ਦੇਣਾ। ਜੇ ਵਿਸਾਖੀ 'ਤੇ ਸਾਨੂੰ ਕੁਛ ਮਿਲਿਆ ਤਾਂ ਫਿਰ ਅਸੀਂ ਵੀ ਕੁਛ ਦਈਏ ਗੁਰੂ ਨੂੰ, ਅਤੇ ਉਹ ਇਹ ਆਪਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਗੁਰੂ ਦੇ ਚਰਨਾਂ 'ਚ ਰੱਖ ਦਈਏ ਅਤੇ ਗੁਰੂ ਕਿਰਪਾ ਕਰੇ। ਆਓ ਬੜੇ ਪਿਆਰ ਨਾਲ ਆਪਾਂ ਗੁਰੂ ਦੀ ਦਿਆਲਤਾ ਲਈਏ। ਪਹਿਲਾਂ ਸਾਡਾ ਅੱਜ ਆਖਰੀ ਦੀਵਾਨ ਹੈ, ਇਸ ਤੋਂ ਬਾਅਦ ਵਿਸਾਖੀ ਦਾ ਦੀਵਾਨ ਹਰੇ ਸਾਹਿਬ ਖਰੜ ਵਿਖੇ ਉੱਥੇ ਹੋਣਾ ਹੈ। ਆਪ ਸਭ ਸੰਗਤਾਂ ਉਸੇ ਤਰ੍ਹਾਂ ਮਿਲ ਮਿਲਾ ਕੇ ਆਪਣਾ ਟਾਈਮ ਕੱਢ ਕੇ ਦਰਸ਼ਨ ਦੇਣੇ ਅਤੇ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਣੀ। ਆਓ ਬੜੇ ਪਿਆਰ ਨਾਲ ਗੁਰੂ ਦੀ ਦਿਆਲਤਾ ਲਈਏ।